ਸਵਾਗਤ ਹੈ ਜੀ ਸਾਰੇ ਵੀਰਾਂ ਦਾ ਦੋਸਤੋ ਅੱਜ ਆਪਾਂ ਤੁਹਾਨੂੰ ਇੱਕ ਨੁਕਰੀ ਵਸ਼ੇਰੀ ਦਿਖਾਉਣ ਲੱਗੇ ਆਂ ਚੰਗੀ ਵਸ਼ੇਰੀ ਐ ਤੇ ਚੰਗੀ ਬਲੱਡ ਲਾਈਨ ਦੇ ਵਿੱਚੋਂ ਜਿਹੜੀ ਇਹ ਵਸ਼ੇਰੀ ਐ ਦੋਸਤੋ ਸੋ ਅੱਗੇ ਆਪਾਂ ਸਾਰੀ ਇਹਦੀ ਜਿਹੜੀ ਡਿਟੇਲ ਸਾਂਝੀ ਕਰਨੀ ਐ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਜਿਹੜੇ ਵੀਰ ਨਵੇਂ ਆ ਆਪਣੇ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਦੋਸਤੋ ਤੇ ਘੰਟੀ ਵਾਲਾ ਬਟਨ ਦੱਬ ਲਿਓ ਬਸ਼ੇਰੀ ਦੀ ਆਪਾਂ ਉਮਰ ਦੀ ਗੱਲ ਕਰੀਏ ਤਾਂ ਉਮਰ ਜਿਹੜੀ ਇਹਦੀ ਇਸ ਟਾਈਮ ਤੇ 22 ਹੁਣਾ ਨੇ 11 ਮਹੀਨੇ ਦੱਸੀ ਆ ਦੋਸਤੋ ਤੇ ਹਾਈਟ ਆ ਜਿਹੜੀ ਇਹਦੀ 58 ਪਲੱਸ ਦੱਸੀ ਆ ਬਾਕੀ ਸੱਜਣੋ ਇਹ ਜਿਹੜੀ ਬਸ਼ੇਰੀ ਹੈ ਬਿਲਕੁਲ ਸਪੌਟਲੈਸ ਹੈ ਇੱਕ ਵੀ ਜਿਹੜਾ ਹੈ ਤੇ ਸਪੌਟ ਹੈ ਨਹੀਂਗਾ ਤੇ ਪਿੰਕਨੈਸ ਜਿਹੜੀ ਇਹਦੇ ਵਿੱਚ ਉਹ ਹੈਗੀ ਆ ਚਮੜੀ ਦੇ ਵਿੱਚ ਪਿੰਡ ਬਾਈ ਹੁਣਾ ਦਾ ਮੋਗੇ ਜ਼ਿਲ੍ਹੇ ਦੇ ਵਿੱਚ ਹੈ ਗੋਲੀਆ ਖੁਰਦ ਜਿੱਥੇ ਬਸ਼ੇਰੀ ਖੜੀ ਹੈ ਦੋਸਤੋ ਤੇ ਨੰਬਰ ਹੈ ਜਿਹੜਾ ਵੀਰਾਂ ਦਾ ਸਕਰੀਨ ਤੇ ਲੱਗਾ ਹੋਇਆ ਹੈ ਇਹਦੀ ਜਿਹੜੀ ਮਾਂ ਹੈ ਉਹ ਵੀ ਬਾਈਕ ਹੋਣਾ ਨੇ ਦੱਸਿਆ ਵੀ ਨੁਕਰੀ ਹੈ ਤੇ 62 ਇੰਚ ਉਹਦੀ ਹਾਈਟ ਸੀਗੀ ਤੇ ਪਿਓ ਵਾਲੇ ਪਾਸੋਂ ਜੇ ਗੱਲ ਕਰੀਏ ਤਾਂ ਇਹ ਜਿਹੜੀ ਬਸ਼ੇਰੀ ਹੈ ਅਰਜਨ ਰੌਲੀ ਵਾਲੇ ਦੀ ਪੋਤੀ ਹੈ ਦੋਸਤੋ ਅਰਜਨ ਰੌਲੀ ਵਾਲੇ ਦੀ ਇਹ ਪੋਤੀ ਹੈ ਤੇ ਮਾਂ ਵੀ ਇਹਦੀ ਨੁਕਰੀ ਸੀਗੀ ਤੇ ਇਹ ਜਿਹੜੀ ਆ ਬਿਲਕੁਲ سپੌਟਲੈਸ ਹੈ ਮੋਲੇ ਦਾ ਜਿਹੜਾ ਬਾਈ ਹੋਣੀ 2 ਲੱਖ ਤੇ 10000 ਰੁਪਇਆ ਕਰਦੇ ਆ ਬਾਕੀ ਦੋਸਤੋ ਮੌਕੇ ਤੇ ਮਾਤਨ ਜ਼ਰੂਰ ਹੋ ਜਾਊਗਾ ਸੋ ਜ਼ਿਆਦਾ ਜਾਣਕਾਰੀ ਆਸਤੇ ਤੁਸੀਂ ਬਾਈ ਹੋਣਾ ਦੇ ਨਾਲ ਗੱਲ ਕਰ ਲਿਓ ਨੰਬਰ ਸਕਰੀਨ ਤੇ ਚੱਲਦਾ ਦੋਸਤੋ ਵੀਡੀਓ ਚੰਗੀ ਲੱਗੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਜੇ ਤੁਸੀਂ ਕਿਸੇ ਆਪਣੇ ਜਾਨਵਰ ਦੀ ਐਡ ਲਾਉਣੀ ਹੈ ਤਾਂ ਮੈਨੂੰ ਇਸ ਨੰਬਰ ਤੇ ਸੰਪਰਕ ਕਰ ਲਿਓ ਜਾਂ ਆਪਣੇ ਫਾਰਮ ਤੇ ਇੰਟਰਵਿਊ ਕਰਨੀ ਹੈ ਤਾਂ ਤਾਂ ਵੀ ਤੁਸੀਂ ਦੋਸਤੋ ਰੈਂਕ ਮੈਨੂੰ ਕਰ ਸਕਦੇ ਹਾਂ ਧੰਨਵਾਦ